ਹੈਲੋ ਡੀਅਰ ਸਟੂਡੈਂਟਸ ਵੈਲਕਮ ਟੂ ਮਾਈ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDC ਥਿਸ ਇਜ਼ ਵਿਨੋਦ ਕੁਮਾਰ ਗਰਕ ਸੋ ਜੇ ਤੁਸੀਂ ਪੀਪੀਐਸਸੀ এনवायरमेंटਲ ਇੰਜੀਨੀਅਰ ਜਾਂ ਜੂਨੀਅਰ এনवायरमेंटਲ ਇੰਜੀਨੀਅਰ ਜਨਕੇ ਵਾਤਾਵਰਨ ਇੰਜੀਨੀਅਰ ਜਾਂ ਫਿਰ ਵਾਤਾਵਰਨ ਸਹਾਇਕ ਵਾਤਾਵਰਨ ਇੰਜੀਨੀਅਰ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10 ਇੰਪੋਰਟੈਂਟ ਕੁਐਸਚਨ ਅਤੇ ਉਹਨਾਂ ਦੇ ਆਨਸਰ ਕਰਵਾਉਂ ਜਾ ਰਹੇ ਹਾਂਗਾ ਕੰਪਲੀਟ ਮਟੀਰੀਅਲ ਤੁਸੀਂ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚੋਂ ਪਰਚੇਸ ਕਰ ਸਕਦੇ ਹੋ 9876377788 ਸੰਪਰਕ ਕਰਕੇ ਬਹੁਤ ਹੀ ਬਾਜੇ ਫੀਸ ਦੇ ਕੇ ਇੱਕ ਮਟੀਰੀਅਲ ਜਿਹੜਾ ਹੈਗਾ ਤੁਸੀਂ ਆਪਣੀ ਪ੍ਰੀਖਿਆ ਦੇ ਲਈ ਲੈ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਕੁਐਸਚਨ ਨੰਬਰ 1 ਦਾ ਕੁਐਸਚਨ ਨੰਬਰ 1 ਤੁਹਾਡਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਕੁਇਫਰ ਪੈਰਾਮੀਟਰ ਹੇਠ ਲਿਖਿਆਂ ਵਿੱਚੋਂ ਐਕੁਇਫਰ ਪੈਰਾਮੀਟਰ ਕਿਹੜਾ ਹੈ ਪਹਿਲੀ ਆਪਸ਼ਨ ਹੈ ਸਟੋਰੇਜ ਕੋਫੀਸ਼ੀਐਂਟ ਦੂਜੀ ਆਪਸ਼ਨ ਹੈ ਟਰਾਂਸਮਿਸਿਬਿਲਿਟੀ ਤੀਸਰੀ ਆਪਸ਼ਨ ਹੈ ਬੋਥ ਏ ਐਂਡ ਬੀ ਚੌਥੀ ਹੈ ਨੀਦਰ ਏ ਨੌਰ ਬੀ ਤਾਂ ਸਹੀ ਉੱਤਰ ਇਸ ਦਾ ਆਏਗਾ ਆਪਸ਼ਨ ਸੀ ਬੋਥ ਏ ਐਂਡ ਬੀ ਸਟੋਰੇਜ ਕੋਫੀਸ਼ੀਐਂਟ ਅਤੇ ਟਰਾਂਸਮਿਸਿਬਿਲਿਟੀ ਇਹ ਦੋਨੇ ਐਕੁਇਫਰ ਦੇ ਪੈਰਾਮੀਟਰ ਹੁੰਦੇ ਹਨ ਤਾਂ ਐਕੁਇਫਰ ਕੀ ਹੁੰਦਾ ਹੈ ਇਹ ਵੀ ਤੁਹਾਨੂੰ ਅਗਲੇ ਕੁਐਸਚਨ ਵਿੱਚ ਦੱਸਣ ਜਾ ਰਹੇ ਹਾਂ ਅ ਬੋਡੀ ਆਫ ਰੌਕ অর ਸੈਡੀਮੈਂਟ ਇੱਕ ਚਟਾਨ ਜਾਂ ਕੋਈ ਵੀ ਇੱਕ ਸੈਡੀਮੈਂਟ ਥੈਟ ਹੋਲਡ ਗਰਾਊਂਡ ਵਾਟਰ ਜੋ ਧਰਤੀ ਹੇਠਲੇ ਪਾਣੀ ਨੂੰ ਹੋਲਡ ਰੱਖਦਾ ਹੈ ਆਪਣੇ ਨਾਲ ਜਕੜ ਕੇ ਰੱਖਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਤਾਂ ਉਸ ਦਾ ਆਨਸਰ ਆਏਗਾ ਐਕੁਇਫਰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਫਾਰ ਕੁਐਸਚਨ ਨੰਬਰ 2 ਓਕੇ ਗੱਲ ਕਰਦੇ ਹਾਂ ਕੁਐਸਚਨ ਨੰਬਰ ਤਿੰਨ ਦੇ ਤਾਂ ਕੁਐਸਚਨ ਨੰਬਰ 3 ਤੁਹਾਡਾ ਹੈ ਨੈਕੁਇਮ ਸਟੈਂਡ ਫॉर ਐਨ اے Q U I M ਸਟੈਂਡ ਫॉर ਤਾਂ ਇਸ ਦਾ ਆਨਸਰ ਆਏਗਾ ਨੈਸ਼ਨਲ ਐਕੋਇਫਰ ਮੈਪਿੰਗ ਐਂਡ ਮੈਨੇਜਮੈਂਟ ਪ੍ਰੋਗਰਾਮ ਨੈਸ਼ਨਲ ਐਕੋਇਫਰ ਮੈਪਿੰਗ ਐਂਡ ਮੈਨੇਜਮੈਂਟ ਪ੍ਰੋਗਰਾਮ ਤਾਂ ਇਹ ਵੀ ਤੁਹਾਨੂੰ ਫੁੱਲ ਫਾਰਮ ਐਗਜ਼ਾਮ ਦੇ ਵਿੱਚ ਪੁੱਛੀ ਜਾ ਸਕਦੇ ਆ ਪੀ ਪੀ ਐਸ ਸੀ ਦਾ ਲੈਵਲ ਜਿਹੜਾ ਉਹਦੇ ਵਿੱਚ ਬੜੇ ਕੰਪਲੈਕਸ ਕੁਐਸਚਨ ਵੀ ਆ ਜਾਂਦੇ ਬੜੇ ਸਿੰਪਲ ਕੁਐਸਚਨ ਵੀ ਆ ਜਾਂਦੇ ਨੇ ਸੋ ਕੱਲ ਕਰਦੇ ਆ ਕੁਐਸਚਨ ਨੰਬਰ 4 ਦੀ ਸੀ ਡਬਲਯੂ ਐਮ ਆਈ ਸਟੈਂਡ ਫॉर ਸੀ ਡਬਲਯੂ ਐਮ ਆਈ ਤੋਂ ਕੀ ਭਾਵ ਹੈ ਤਾਂ ਇਸ ਦਾ ਉੱਤਰ ਆਏਗਾ ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ ਓਕੇ ਇੰਡੈਕਸ ਨੂੰ ਪੰਜਾਬੀ ਚ ਕਹਿੰਦੇ ਆ ਸੂਚੀ ਕੁਐਸਚਨ ਨੰਬਰ 5 ਹੈ ਹੂ ਲਾਂਚ ਸੀ ਡਬਲਯੂ ਐਮ ਆਈ ਐਂਡ ਵੈਨ ਕਿਸ ਨੇ ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ ਨੂੰ ਲਾਂਚ ਕੀਤਾ ਤੇ ਕਦੋਂ ਕੀਤਾ ਤਾਂ ਇਸ ਦਾ ਉੱਤਰ ਆਏਗਾ ਨੀਤੀ ਆਯੋਗ ਨੇ ਕੀਤਾ ਸੀ 2018 ਦੇ ਵਿੱਚ ਕਵੈਸਚਨ ਨੰਬਰ 6 6 ਤੁਹਾਡਾ ਹੈਗਾ ਫਾਕਨ ਮਾਰਕ F A L K E N M A R K ਫਾਕਨ ਮਾਰਕ ਇੰਡੀਕੇਟਰ ਇਸ ਯੂਜ਼ਡ ਫॉर ਮੈਜ਼ਰਿੰਗ ਆਫ ਫਾਕਨ ਮਾਰਕ ਮਾਰਕ ਜੋ ਇੰਡੀਕੇਟਰ ਹੈ ਉਹ ਕਿਸ ਦੇ ਮਾਪ ਲਈ ਵਰਤਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ ਵਾਟਰ ਸਕਾਰਸਟੀ ਯਾਨੀ ਕਿ ਪਾਣੀ ਦੀ ਕਮੀ ਨੂੰ ਮਾਪਣ ਵਾਸਤੇ ਅਗਲਾ ਕੁਐਸਚਨ ਹੈ ਹੂ ਇਸ ਦਾ ਫਾਦਰ ਆਫ ਗਰਾਊਂਡ ਵਾਟਰ ਹਾਈਡਰੋਲੋਜੀ ਧਰਤੀ ਹੇਠਲੇ ਪਾਣੀ ਦੀ ਸਟੱਡੀ ਦੇ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ ਹੈਨਰੀ ਡਰਸੀ H E N R Y D E R C Y ਗੱਲ ਕਰਦੇ ਆਂ ਕੁਐਸਚਨ ਨੰਬਰ 8 ਦੀ ਕੁਐਸਚਨ ਨੰਬਰ 8 ਹੈ ਹਾਊ ਮੈਨੀ ਕੈਟੇਗਰੀਜ਼ ਆਫ ਐਕੁਇਫਰ ਆਰ ਥੇਰ ਐਕੁਇਫਰ ਦੀਆਂ ਕਿੰਨੀਆਂ ਸ਼੍ਰੇਣੀਆਂ ਹਨ ਤਾਂ ਇਸ ਦਾ ਆਨਸਰ ਆਏਗਾ ਤਿੰਨ ਸ਼੍ਰੇਣੀਆਂ ਇਹ ਹੈਗੀਆਂ ਨੇ ਕਨਫਾਈਂਡ ਐਕੁਇਫਰ ਅਨਕਨਫਾਈਂਡ ਐਕੁਇਫਰ ਅਤੇ ਲੀਕੀ ਐਕੁਇਫਰ ਸੋ ਇਹ ਤਿੰਨ ਸ਼੍ਰੇਣੀਆਂ ਨੇ ਐਕੁਇਫਰ ਦੀਆਂ ਕਨਫਾਈਂਡ ਅਨਕਨਫਾਈਂਡ ਤੇ ਲਿਖੀ ਕੁਐਸਚਨ ਨੰਬਰ 9 9 ਨੰਬਰ ਕੁਐਸਚਨ ਤੁਹਾਡਾ ਹੈ ਵੋਲਿਊਮ ਆਫ ਵਾਟਰ ਰਿਲੀਜ਼ਡ ਫਰੋਮ অর ਟੇਕਨ ਇਨਟੂ ਮਤਲਬ ਜਿਆਦਾ ਪਾਣੀ ਉਥੋਂ ਜਾ ਰਿਹਾ ਹੈ ਜਾਂ ਪਾਣੀ ਉਥੇ ਆ ਰਿਹਾ ਹੈ ਓਕੇ ਫਰੋਮ ਦਾ ਇਨਟੂ ਅ ਸਟੋਰੇਜ ਪਰ ਯੂਨਿਟ ਏਰੀਆ ਇੱਕ ਇਕਾਈ ਖੇਤਰ ਦੇ ਵਿੱਚ ਆਫ ਐਨ ਐਕੁਇਫਰ ਪਰ ਯੂਨਿਟ ਚੇਂਜ ਇਨ ਦਾ ਹਾਈਡਰੋਲਿਕ ਹੈਡ ਇਸ ਕਾਲਡ ओके okay जी ਮਤਲਬ ਇੱਕ ਇਕਾਈ ਹਾਈਡਰੋਲਿਕ ਹੈਡ ਦੇ ਵਿੱਚ ਬਦਲਾਵ ਨਾਲ ਇੱਕ ਇਕਾਈ ਖੇਤਰ ਦੇ ਵਿੱਚ ਕਿੰਨਾ ਪਾਣੀ ਆਉਂਦਾ ਹੈ ਜਾਂ ਕਿੰਨਾ ਪਾਣੀ ਉੱਥੋਂ ਰਿਲੀਜ਼ ਹੁੰਦਾ ਹੈ ਉਸ ਵੋਲੀਅਮ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਦਾ ਆਨਸਰ ਆਏਗਾ ਸਟੋਰੇਜ ਕੋਫੀਸ਼ੀਐਂਟ ਇਸ ਨੂੰ ਐਸ ਸ਼ਬਦ ਦੇ ਨਾਲ ਐਸ ਲੈਟਰ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਤਾਂ ਇਹ ਇੱਕ ਪੈਰਾਮੀਟਰ ਵੀ ਹੈ ਐ ਕੋਈ ਫਰਕ ਦਾ ਕੁਐਸਚਨ ਨੰਬਰ 10 ਦਾ ਮਕੈਨੀਕਲ એનર્ਜੀ ਪਰ ਯੂਨਟ weight ਆਫ ਗਰਾਉਂਡ ਵਾਟਰ ਇਸ ਕਾਲਡ ਧਰਤੀ ਹੇਠਲੇ ਪਾਣੀ ਦੇ ਇੱਕ ਇਕਾਈ ਭਾਰ ਦੇ ਜਿਹੜੀ ਮਕੈਨੀਕਲ ਊਰਜਾ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ ਹਾਈਡਰੌਲਿਕ ਹੈਡ ਓਕੇ ਤੇ ਇਸ ਤੋਂ ਬਾਅਦ ਇੱਕ ਕੁਐਸਚਨ ਇਹ ਵੀ ਆ ਸਕਦਾ ਹੈ ਕਿ ਹਾਈਡਰੌਲਿਕ ਹੈਡ ਦੇ ਅਨੁਸਾਰ ਜਿਹੜਾ ਪਾਣੀ ਦਾ ਬਹਾਵ ਹੁੰਦਾ ਹੈ ਪਾਣੀ ਦਾ ਪ੍ਰਵਾਹ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ ਤਾ ਕੁਐਸਚਨ ਇਹਦਾ ਬਣ ਸਕਦਾ ਗਰਾਉਂਡ ਵਾਟਰ ਫਲੋ ਫਰੋਮ ਦਾ ਪੋਰਸ਼ਨ ਜਾਂ ਪੋਜੀਸ਼ਨ ਆਫ ਡੈਸ਼ ਟੂ ਡੈਸ਼ ਤਾਂ ਇਸਦਾ ਉੱਤਰ ਆਏਗਾ ਹਾਈ ਹਾਈਡਰੋਲਿਕ ਹੈਡ ਟੂ ਦਾ ਪੋਜੀਸ਼ਨ ਆਫ ਲੋਅਰ ਹਾਈਡਰੋਲਿਕ ਹੈਡ ਮਤਲਬ ਜਿਆਦਾ ਹਾਈਡਰੋਲਿਕ ਹੈਡ ਤੋਂ ਘੱਟ ਹਾਈਡਰੋਲਿਕ ਹੈਡ ਵੱਲ ਪਾਣੀ ਯਾਨੀ ਕਿ ਜਿਆਦਾ ਊਰਜਾ ਤੋਂ ਘੱਟ ਊਰਜਾ ਵੱਲ ਪਾਣੀ ਬਹਾਵ ਕਰਦਾ ਹੈ ਸੋ ਇਹਨਾਂ 10 ਬਹੁਤ ਹੀ 11 ਬਹੁਤ ਹੀ ਇੰਪੋਰਟੈਂਟ ਕੁਐਸਚਨ ਫਾਰ ਯੂਅਰ এনवायरमेंटਲ ਐਂਡ ਅਸਿਸਟੈਂਟ এনवायरमेंटਲ ਇੰਜੀਨੀਅਰ ਐਗਜ਼ਾਮ ਕੰਪਲੀਟ ਮਟੀਰੀਅਲ ਪਰਚੇਸ ਕਰਨ ਦੇ ਲਈ ਤੁਸੀਂ 98763 74788 ਸੰਪਰਕ ਕਰ ਸਕਦੇ ਹੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਵੇਗਾ ਥੈਂਕ ਯੂ ਥੈਂਕਸ ਫॉर ਵਾਚਿੰਗ